ਦੇ ਸਾਰੇ ਜਿੰਦੇ ਸਭ ਤੋਂ ਵੱਧ ਬੜੀ ਕਿਰਪਾ ਕਰਦੇ ਹੋ। ਲਾਸਟ ਈਅਰ ਮੈਨੂੰ ਸਟੇਟ ਅਵਾਰਡ ਮਿਲਿਆ ਸੀ ਪੰਜਾਬ ਸਰਕਾਰ ਦੁਆਰਾ, ਅਤੇ ਰੀਸੈਂਟਲੀ ਮੈਨੂੰ ਹੁਣ ਕੱਲ੍ਹ ਜਿਹੜੀ ਲੈਟਰ ਆਈ ਹੈ ਇਸ਼ੂ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਨੇ, ਉਹਦੇ ਵਿੱਚੋਂ ਨੈਸ਼ਨਲ ਅਵਾਰਡ ਮਿਲ ਰਿਹਾ। ਤਸਵੀਰਾਂ 'ਚ ਜਿਸ ਸ਼ਖਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਖੁਸ਼ੀ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ, ਇਹ ਉਹ ਸਰਕਾਰੀ ਟੀਚਰ ਹੈ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਲਈ ਚੁਣਿਆ ਗਿਆ ਹੈ। ਬਰਨਾਲਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਪੰਕਜ ਗੋਇਲ, ਜਿਨ੍ਹਾਂ ਨੇ ਸਕੂਲ ਦੇ ਬੱਚਿਆਂ ਦੀ ਜ਼ਿੰਦਗੀ ਬਣਾ ਦਿੱਤੀ, ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵੱਡਾ ਸੰਘਰਸ਼ ਕੀਤਾ ਹੈ। ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਪੰਜਾਬ ਦੇ 2 ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ। 5 ਸਤੰਬਰ ਯਾਨੀ ਅਧਿਆਪਕ ਦਿਵਸ ਦੇ ਮੌਕੇ ਤੇ ਦੋਵਾਂ ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਦੇ ਨਾਲ ਨਵਾਜਿਆ ਜਾਏਗਾ, ਜੋ ਕਿ ਪੰਜਾਬ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹਨਾਂ ਦੋਵਾਂ ਵਿੱਚੋਂ ਹੀ ਇੱਕ ਅਧਿਆਪਕ ਹਨ ਪੰਕਜ ਗੋਇਲ, ਜਿਨ੍ਹਾਂ ਨੂੰ ਗਰੀਬ ਬੱਚਿਆਂ ਦੀ ਸਿੱਖਿਆ ਤੇ ਫੋਕਸ ਕਰਨ, ਸਕੂਲ ਦੀ ਨੁਹਾਰ ਬਦਲਣ ਤੇ ਸਕੂਲ ਦੇ ਨਤੀਜੇ ਨੂੰ 100% ਤੱਕ ਪਹੁੰਚਾਉਣ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਬਰਨਾਲਾ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਮਾਜਿਕ ਵਿਗਿਆਨ ਦੇ ਅਧਿਆਪਕ ਪੰਕਜ ਗੋਇਲ, ਜਿਨ੍ਹਾਂ ਦੀ ਇਸ ਪ੍ਰਾਪਤੀ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਪੰਕਜ ਗੋਇਲ ਨੂੰ ਸਕੂਲੀ ਲੜਕੀਆਂ ਲਈ ਨੈਸ਼ਨਲ ਮੀਮ ਕਮ ਮੈਰਿਟ ਸਕਾਲਰਸ਼ਿਪ ਦੇ ਵਿੱਚ 100% ਨਤੀਜਿਆਂ ਲਈ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਹੈ। ਪੰਕਜ ਪਿਛਲੇ 2 ਸਾਲਾਂ ਤੋਂ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ NMMS ਪ੍ਰੀਖਿਆਵਾਂ ਲਈ ਤਿਆਰ ਕਰ ਰਹੇ ਨੇ। ਸਿਰਫ 8ਵੀਂ ਜਮਾਤ ਦੇ ਵਿਦਿਆਰਥੀ ਹੀ ਇਹ ਪ੍ਰੀਖਿਆ ਦੇ ਸਕਦੇ ਨੇ, ਤੇ ਪਿਛਲੇ ਸਾਲ ਸਕੂਲ ਦੀਆਂ 18 ਵਿਦਿਆਰਥਣਾਂ ਨੇ ਇਸ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਦੇ ਵਿੱਚੋਂ 14 ਨੇ ਪਾਸ ਕੀਤੀ ਤੇ 1 ਵਿਦਿਆਰਥਣ ਨੇ ਪੂਰੇ ਪੰਜਾਬ 'ਚ ਟੌਪ ਵੀ ਕੀਤਾ ਸੀ। ਇਸੇ ਤਰ੍ਹਾਂ ਇਸ ਸਾਲ 17 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚ ਸਾਰੀਆਂ 17 ਵਿਦਿਆਰਥਣਾਂ ਪਾਸ ਹੋਈਆਂ ਨੇ। ਇੰਨਾ ਹੀ ਨਹੀਂ, ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੇ ਵੀ ਪਹਿਲਾ, ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ। ਦੱਸ ਦੇ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਹਰ ਸਾਲ 12,000 ਰੁਪਏ ਦੀ ਸਕਾਲਰਸ਼ਿਪ ਵੀ ਮਿਲਦੀ ਹੈ। ਪੰਕਜ ਗੋਇਲ ਨੂੰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਟੀਚਰ ਪੰਕਜ ਗੋਇਲ ਨੂੰ ਪੰਜਾਬ ਸਟੇਟ ਅਵਾਰਡ ਦੇ ਨਾਲ ਨਵਾਜਿਆ ਜਾ ਚੁੱਕਿਆ ਹੈ ਤੇ ਹੁਣ ਨੈਸ਼ਨਲ ਅਵਾਰਡ ਲਈ ਵੀ ਉਹਨਾਂ ਦਾ ਨਾਮ ਐਲਾਨਿਆ ਗਿਆ ਹੈ। ਬੜੀ ਖੁਸ਼ੀ ਹੋ ਰਹੀ ਹੈ, ਨੈਸ਼ਨਲ ਅਵਾਰਡ ਮਿਲਿਆ ਅਤੇ ਬਾਕੀ ਬੱਚਿਆਂ ਨਾਲ ਮਿਲ ਕੇ ਹੋਰ ਵੱਧ ਖੁਸ਼ੀ ਹੋ ਰਹੀ ਹੈ। ਬੱਚਿਆਂ ਨੂੰ ਜਦੋਂ ਪਤਾ ਲੱਗਿਆ ਜੀ ਵੀ ਸਾਡੇ ਸਰ ਨੂੰ ਅਵਾਰਡ ਮਿਲਿਆ ਤਾਂ ਬਾਕੀ ਉਹ ਕਹਿੰਦੇ ਆਪ ਨੂੰ ਤਾਂ ਇੰਜੋਇਮੈਂਟ ਹੋ ਰਹੀ ਸੀ, ਬੱਚਿਆਂ ਨੇ ਬੜਾ ਇੰਜੋਏ ਕੀਤਾ, ਉਹਨਾਂ ਨੂੰ ਦੇਖ ਕੇ ਉਹ ਹੋਰ ਵੀ ਜ਼ਿਆਦਾ ਪ੍ਰਾਊਡ ਫੀਲ ਹੋਇਆ ਵੀ ਵਾਕਈ ਇਹ ਬੱਚਿਆਂ ਵਾਸਤੇ ਜੇ ਆਪਾਂ ਕੁਛ ਕਰਦੇ ਹਾਂ ਤਾਂ ਕੁਦਰਤ ਉਹਦਾ ਰਿਵਾਰਡ ਜ਼ਰੂਰ ਦਿੰਦੀ ਹੈ। ਰੀਸੈਂਟਲੀ ਹੁਣੀ ਕਿਸੇ ਦਾ ਇੱਕ ਕਾਲ ਆਇਆ ਸੀ ਅਤੇ ਉਹਨਾਂ ਨੇ ਇੱਕ ਬੜੀ ਡਿਫਰੈਂਟ ਜੀ ਗੱਲ ਕੀਤੀ, ਉਹ ਕਹਿੰਦੇ ਵੀ ਸਰ ਗਰਲ ਸਕੂਲ ਦਾ ਨਾਮ ਮੇਰੇ ਕਹਿੰਦਾ ਸਿਸਟਰ ਵੀ ਗਰਲ ਸਕੂਲ 'ਚੋਂ ਪੜ੍ਹ ਕੇ ਗਏ ਨੇ, ਤੁਹਾਡੇ ਸਕੂਲ ਦਾ ਨਾਮ ਇੰਨਾ ਅੱਛਾ ਲੱਗਦਾ ਵੀ ਅਸੀਂ ਪੂਰਾ ਫੀਲ ਸਿਕਿਓਰ ਕਰਦੇ ਹਾਂ ਸਾਡੀ ਬੱਚੀ ਜੇ ਗਰਲ ਸਕੂਲ 'ਚ ਜਾ ਰਹੀ ਹੈ ਤਾਂ ਉਹਦਾ ਭਵਿੱਖ ਵੀ ਅੱਛਾ ਅਤੇ ਉਹ ਸਕੂਲ ਦੇ ਵਿੱਚ ਸੁਰੱਖਿਅਤ ਹੈ। ਇਹ ਚੀਜ਼ ਨੋ ਡਾਊਟ ਇੱਕ ਰਿਵਾਰਡ ਮਿਲਣਾ ਆਪਣੀ ਲਾਈਫ ਦੇ ਵਿੱਚ ਉਹ ਹੁੰਦਾ, ਪਰ ਪੇਰੈਂਟਸ ਦੇ ਵਿਊਜ਼ ਮਿਲਣੇ ਉਹ ਇੱਕ ਵੱਖਰਾ ਰਿਵਾਰਡ ਹੈ। ਸੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਫਿਲਹਾਲ। ਸਰ ਲਾਸਟ ਈਅਰ ਮੈਨੂੰ ਸਟੇਟ ਅਵਾਰਡ ਮਿਲਿਆ ਸੀ ਪੰਜਾਬ ਸਰਕਾਰ ਦੁਆਰਾ, ਅਤੇ ਰੀਸੈਂਟਲੀ ਮੈਨੂੰ ਹੁਣ ਕੱਲ੍ਹ ਜਿਹੜੀ ਲੈਟਰ ਆਈ ਹੈ ਇਸ਼ੂ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਨੇ, ਉਹਦੇ ਵਿੱਚੋਂ ਨੈਸ਼ਨਲ ਅਵਾਰਡ ਮਿਲ ਰਿਹਾ। ਤਾਂ ਪ੍ਰੇਜ਼ ਜਾਂ ਕੋਈ ਅਵਾਰਡ ਮਿਲਣਾ ਇਟਸ ਲਾਈਕ ਆ ਮੋਟੀਵੇਸ਼ਨਲ, ਹੈ ਨਾ, ਆਪਣਾ ਸਭ ਤੋਂ ਵੱਡਾ ਮੋਟੀਵੇਸ਼ਨ ਹੁੰਦੀ ਹੈ। ਇਸ ਟਾਈਮ ਮਿਡ ਏਜ ਦੇ ਵਿੱਚ ਆ, 45 ਦੇ ਹੋ ਗਏ, ਬੱਚੇ ਬਾਹਰ ਪੜ੍ਹ ਰਹੇ ਨੇ, ਤਾਂ ਕਿਤੇ ਨਾ ਕਿਤੇ ਲਾਈਫ ਥੋੜ੍ਹੀ ਸਾਇਲੈਂਟ ਜੀ ਹੋ ਜਾਂਦੀ ਹੈ ਵੀ ਚਲੋ ਇੱਕ ਰੂਟੀਨ ਦੇ ਵਿੱਚ ਜਿਵੇਂ ਚੱਲ ਰਿਹਾ ਸੀ ਕੰਮ ਚੱਲ ਲਓ, ਪਰ ਇਹ ਅਵਾਰਡ ਮਿਲਣਾ ਜਿੱਥੇ ਇੱਕ ਖੁਸ਼ੀ ਦੀ ਗੱਲ ਹੈ ਉੱਥੇ ਇੱਕ ਜ਼ਿੰਮੇਵਾਰੀ ਵੀ ਨਾਲ ਹੈ। ਤਾਂ ਹੁਣ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਹ ਅਵਾਰਡ ਮੈਨੂੰ 10 ਸਾਲ ਹੋਰ ਮੈਨੂੰ ਇਹਨੇ ਯੰਗ ਕਰਤਾ ਵੀ ਮੈਂ 10 ਸਾਲ ਹੋਰ ਦੱਬ ਕੇ ਆਪਦਾ ਇਹਨਾਂ ਬੱਚਿਆਂ ਨੂੰ ਪੜ੍ਹਾਵਾਂ, ਅਤੇ ਬੜੀ ਖੁਸ਼ੀ ਮਿਲਦੀ ਹੈ ਜਦੋਂ ਬੱਚੀਆਂ ਪੜ੍ਹਦੀਆਂ ਨੇ ਅਤੇ ਕੁਛ ਆਊਟਪੁੱਟ ਮਿਲਦੀ ਹੈ। ਤਾਂ ਅੱਛਾ, ਇਹੀ ਡ੍ਰੀਮ ਹੈ ਵੀ ਲੜਕੀਆਂ ਇੰਨਾ ਕੁ ਪੜ੍ਹ ਲਿਖੇ ਜਾਣ ਸਮਾਜ ਦੇ ਵਿੱਚ ਵੀ ਆਪਦੇ ਪੈਰਾਂ 'ਤੇ ਖੜੀਆਂ ਹੋਣ ਅਤੇ ਪ੍ਰਾਊਡ ਫੀਲ ਕਰੀਏ ਅਸੀਂ ਵੀ ਸਾਡੀ ਪੜ੍ਹਾਈ ਵੀ ਬੱਚੀ ਹੈ ਅਤੇ ਫੀਲਡ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ। ਇਹੀ ਟਾਰਗੇਟ ਹੈ ਲਾਈਫ ਦਾ। ਇੰਨੇ ਅੱਛੇ ਜੈਮ ਹੈ ਸਾਡੇ ਪਾਸ, ਜਿਹੜੇ ਬੱਚਿਆਂ ਨੂੰ ਇੰਨਾ ਅੱਛਾ ਪੜ੍ਹਾਉਂਦੇ ਨੇ, ਇੰਨਾ ਅੱਛਾ ਉਹ ਕਰਦੇ ਨੇ ਅਤੇ ਰਿਜ਼ਲਟਸ ਉਹਦੇ ਅਕੋਰਡਿੰਗ ਇੰਨੇ ਅੱਛੇ ਰਿਜ਼ਲਟਸ ਆਉਂਦੇ ਨੇ, ਜਿਹਦੇ ਨਾਲ ਅੱਜ ਲਈ
ਪੂਰੇ ਇੱਕ ਡਿਸਟ੍ਰਿਕਟ ਦੇ ਵਿੱਚ ਜਾਂ ਇੱਕ ਸਟੇਟ ਦੇ ਵਿੱਚ ਨਹੀਂ, ਆਲ ਓਵਰ ਇੰਡੀਆ ਦੇ ਵਿੱਚ ਸਾਡੇ ਸਕੂਲ ਦਾ ਨਾਮ ਕਿ ਗਰਲ ਸਕੂਲ ਬਰਨਾਲਾ ਤੋਂ ਇਹਨਾਂ ਨੂੰ ਐਜ਼ ਏ ਨੈਸ਼ਨਲ ਅਵਾਰਡ ਲਈ ਸਿਲੈਕਟ ਕੀਤਾ। ਫਸਟ ਲਾਸਟ ਈਅਰ ਇਹਨਾਂ ਨੇ ਸਟੇਟ ਅਵਾਰਡ ਅਪਲਾਈ ਕੀਤਾ ਸੀ ਐਂਡ ਹੀ ਗੋਟ ਸਿਲੈਕਟਿਡ, ਹੀ ਗੋਟ ਥਰਡ ਪੋਜੀਸ਼ਨ ਇਨ ਸਟੇਟ ਲਿਸਟ ਲਾਸਟ ਈਅਰ। ਐਂਡ ਫਸਟ ਟਾਈਮ ਨੈਸ਼ਨਲ ਅਵਾਰਡ ਮਿਲਣਾ ਇੱਕ ਡਰੀਮ ਹੈ ਐਂਡ ਸਰ ਹੈਜ਼ ਅਟੇਨ ਦੈਟ ਵੈਰੀ ਡਰੀਮ, ਕਿ ਫਸਟ ਟਾਈਮ ਹੀ ਅਪਲਾਈ ਕੀਤਾ ਸੀ ਐਂਡ ਹੀ ਗੋਟ ਕਲੀਅਰਡ। ਐਜ਼ ਏ ਸਕੂਲ ਪ੍ਰਿੰਸੀਪਲ ਇਟਸ ਅ ਮੋਟੀਵੇਸ਼ਨ, ਗ੍ਰੇਟ ਮੋਟੀਵੇਸ਼ਨ ਫੋਰ ਦਾ ਅਦਰ ਸਟਾਫ ਮੈਂਬਰਸ ਆਲਸੋ, ਫੋਰ ਦਾ ਸਟੂਡੈਂਟਸ ਆਲਸੋ, ਕਿ ਲਾਈਕ ਐਜੂਕੇਸ਼ਨ ਜਦੋਂ ਆਪਾਂ ਸਰ ਲਾਈਕ ਜਦੋਂ ਵੀ ਆਪਾਂ ਮਿਹਨਤ ਕਰਦੇ ਹਾਂ, ਹਾਰਡ ਵਰਕ ਆਲਵੇਜ਼ ਪੇਸ, ਜਦੋਂ ਵੀ ਆਪਾਂ ਉਹਦਾ ਫਰੂਟ ਹਮੇਸ਼ਾ ਸਵੀਟ ਹੁੰਦਾ, ਚਾਹੇ ਲੇਟ ਆਉਂਦਾ, ਕਿਸ ਤਰ੍ਹਾਂ ਵੀ ਆਉਂਦਾ, ਬਟ ਉਹਦਾ ਫਰੂਟ ਅੱਛਾ ਹੁੰਦਾ।